ਕਾਲੂ ਬੈਠਾ ਇੱਟ ਤੇ, ਗੋਗੀ ਲੈ ਗਿਆ ਖਿੱਚ ਕੇ ਬੱਲੇ ਮੇਰੇ ਹਾਣੀਆਂ ਬੈਠੋ ਗੰਨਿਆਂ ਚ ਵੜ ਕੇ ਨਾ, ਫਿਰ ਗੰਨਾ ਨੀ ਨਾ ਕਈ ਵਾਰੀ ਪਸੰਦ ਹੁੰਦਾ ਉਹ ਕੰਮ, ਤਾਂ ਦੂਆ ਰੇਤ ਤਾਂ ਬੰਦ ਹੋਇਆ, ਇਹ ਚੱਲਦਾ ਤਾ ਲੋਕ ਫਿਰ ਇੱਧਰ ਨੂੰ ਤੁਰ ਪਏ। ਸਟੀਲ ਹੈਡ ਗੱਡੀ ਕੁਛ ਨੀ ਛੱਡਦਾ, ਕੁਛ ਆ ਜਾਵੇ ਕੁਛ ਨੀ ਛੱਡ, ਲੰਘਣ ਨੀ ਦੇਣਾ ਬੰਦਾ ਕੋਈ, ਸਮਝੋ ਤੁਸੀਂ ਮੈਂ ਕਿਆ ਕਹਿਣਾ ਚਾਹੁੰਦਾ। ਗੱਡੀ ਚੱਲਦੀ ਆ ਤੇ ਲਓ ਜੀ ਵੀਰ ਉਹ ਨੀ ਆਏ ਆ, ਕਿਹੜਾ ਪਿੰਡ ਆਪਣਾ ਚੋਲਟੀ ਖੇੜੀ ਚਾਹ ਪੀ ਲੋ, ਆਜੋ ਫਿਰ ਲੈ ਮੈਂ ਦੋ ਇੱਟਾਂ ਫੜਾਉਂਦੇ ਆ। ਇੱਕ ਖਾਨਾ ਲੱਗ ਗਿਆ, ਦੋ ਤਿੰਨ ਚਾਰ, ਚਾਰ ਖਾਨੇ ਅੱਜ ਕੰਪਲੀਟ ਕਰਨੇ, ਕਿਸੇ ਹਾਲਤ ਚ ਸਪਰੇ ਕਰਨ ਤੋਂ ਪਹਿਲਾਂ ਇਹ ਕਰਨੇ ਕਰਕੇ ਜਾਣੇ ਆ। ਹੋ ਗਏ ਆਪਾਂ ਦਾ ਰੇਤਾ ਦੇ ਕੋਲ ਆ, ਜਿੰਨਾ ਮਰਜ਼ੀ ਕਹੇ, ਜੇ ਕਹੇ ਮੈਂ ਤਾਂ ਇਹਦੇ ਉੱਪਰ 10 ਥੈਲੇ ਖੋਲ ਦੂੰਗਾ। ਹਾਂ ਬਿਲਕੁਲ, ਹਰ ਵੀਰਾਂ ਨੂੰ ਸਤਿ ਸ੍ਰੀ ਅਕਾਲ। ਪਾ ਕੇ ਪਾਣੀ। ਅੱਛਾ ਮੈਨੂੰ ਐਂ ਦੱਸੂ ਰਿਹਾ, ਜਿੱਦਣ ਆਪਾਂ ਰੇਤਾ ਲੈ ਕੇ ਆਏ ਤੇ, ਰੇਤਾ ਲੈ ਕੇ ਆਏ ਤੇ ਚਾਹੇ ਆਇਆ ਤਾਂ ਆਇਆ ਕੁਛ ਮਰਜ਼ੀ, ਚਾਹੇ ਲੈ ਕੇ ਆਏ ਤੇ ਲੈ ਕੇ ਆਏ ਤੇ ਭੁਲੇਖਾ ਮਿੱਟੀ ਵਾਲੀ ਪਾਉਂਦਾ ਤਾ, ਮਿੱਟੀ ਵਾਲਾ ਵੀ ਆਪਾਂ ਨੂੰ ਤਾਂ ਫਿਰ ਬਾਅਦ ਚ ਪਤਾ ਲੱਗਿਆ ਨਾ ਭਾਈ ਕਹਾਣੀ ਉਹ ਕੰਮ ਹੋਇਆ, ਪਤਾ ਨਾਲ ਦੂਆ ਵੀ ਖੱਡਾ ਤਾ ਕਹਾਂ, ਦੂਆ ਵੀ ਤਾਂ ਗੰਨਿਆਂ ਚ ਵੜ ਕੇ ਨਾ, ਫਿਰ ਗੰਨਾ ਨੀ ਨਾ ਕਈ ਵਾਰੀ ਪਸੰਦ ਹੁੰਦਾ ਉਹ ਕੰਮ, ਤਾਂ ਦੂਆ ਰੇਤ ਤਾਂ ਬੰਦ ਹੋਇਆ, ਇਹ ਚੱਲਦਾ ਤਾ ਲੋਕ ਫਿਰ ਇੱਧਰ ਨੂੰ ਤੁਰ ਪਏ। ਜੇ ਆਪਾਂ ਨੇ ਸਰਕਾਰੀ ਕੰਮ ਚੱਲਦੇ ਤੇ ਜਿੰਨੇ ਵੀ ਠੀਕ ਆ, ਉਹਨਾਂ ਉਹਨਾਂ ਵਿੱਚ ਮੈਂ ਆਹੀ ਰੇਤਾ ਦੇਖਿਆ ਉੱਥੇ ਗਿਰਿਆ ਵਾ, ਬਰੀਕ ਜਿਹਾ ਰੇਤੀ, ਬਰੀਕ ਰੇਤੀ ਕੰਮ ਤਾਂ ਯਾਰ ਚੱਲੇ ਤੇ ਪਤਾ ਲੱਗਦਾ, ਹੁਣ ਮਿਸਤਰੀ ਦੇ ਕਾਂਡੀ ਦੇ ਮੂਹਰੇ ਬਸੇਰਾ ਰੁੱਟਦਾ, ਮਲਾਈ ਵਰਗਾ ਪਿਆ ਉਹ ਦੇਖ, ਚੜਾਈ ਚ ਕਹਿੰਦੇ ਠੀਕ ਹੈ, ਲਪਾਈ ਚ ਕਹਿੰਦੇ ਫਿਰ ਉਤਰਨ ਲੱਗ ਜਾਂਦਾ, ਛੱਡ ਦਿੰਦਾ, ਇੰਨੀ ਛੇਤੀ ਨਹੀਂ ਉਤਰਦਾ। ਮੈਂ ਪਤਾ ਕਰ ਲਿਆ ਇਹ 5-7 ਸਾਲ ਬਾਅਦ ਤੋਂ ਕਹਿੰਦੇ ਮਾੜਾ ਮੋਟਾ ਜਿਹਾ ਉਹ ਕਰ ਲੈ, ਹੁਣ ਅੱਜ ਕੱਲ੍ਹ ਤਾਂ ਸਾਰੀ ਹਾਲੇ ਉਹ ਹੋਣ ਲੱਗ ਗਏ, ਜਿਵੇਂ ਆ ਇਹਨਾਂ ਨਾ ਜਿਵੇਂ ਇਹਦੇ ਵਿੱਚ ਇੱਟਾਂ 'ਚ ਨੂਣ ਨੂਣ ਆ ਜ਼ਿਆਦਾ, ਇਹਦੇ ਨਾਲ ਵੀ ਮਾੜਾ ਮੋਟਾ ਫਰਕ ਪੈਂਦਾ। ਤੇ ਸੋਨੀ ਅੱਜ ਛੁੱਟੀ ਤੇ ਹੈ, ਉਹ ਆਊਗਾ ਦੁਪਹਿਰ ਤੋਂ ਬਾਅਦ, ਦੁਪਹਿਰ ਕੀ ਹੋ ਗਿਆ 10-11 ਵਜੇ ਨੂੰ ਵੈਸੇ ਹੀ ਸੂਰਜ ਮਰ ਜਾ, ਤਿਆਰੀ ਜੀ ਕਰਦਾ ਨਿਕਲਣ ਦੀ, ਉਹ ਮੈਨੂੰ ਐ ਲੱਗਦਾ ਵੀ ਕਾਹੇ ਚੀਜ਼ ਦੀ ਘਾਟ ਜੀ ਆ, ਕਾਹਦੀ ਮਹਿਸੂਸ ਹੁੰਦੀ ਆ। ਆ ਜਾ ਆ ਜਾ ਚਾਹ ਪੀ ਲਾ, ਜਾ ਅੱਛਾ ਅੱਛਾ ਚਾਹ ਦੀ ਆ, ਚਾਹ ਪੀਣਾ ਤਾਂ ਉਹ ਤਾਂ ਚਾਹੇ ਜਿਹੜਾ ਮਰਜ਼ੀ ਕਹਿੰਦੇ, ਉਹਨੇ ਕਹਿੰਦਾ ਠੀਕ ਆ, ਜੇ ਆਪਾਂ ਕਹੇ ਤਾਂ ਠੀਕ ਆ ਠੀਕ ਆ, ਲੈ ਜੱਸੇ ਬੈਠ। ਤੇ ਅੱਜ ਮਿਸਤਰੀ ਆਇਆ ਸਾਡੇ ਕੋਲ ਕਈ ਦਿਨਾਂ ਬਾਅਦ, ਤੇ ਹੁਣ ਅਸੀਂ ਤਿਲਕਣ ਨਹੀਂ ਦੇਣਾ ਇਹ, ਜੇ ਜੱਚ ਅੱਜ ਤਿਲਕ ਗਿਆ ਇਹ ਆਪਣਾ ਕੰਮ ਸਾਲਾ, ਇੱਕ ਦਿਨ ਫੇਰ ਲੈ ਕਾਲੂ ਬਾਈ ਇੱਟ ਤੇ ਬਹਿ ਜਾ, ਮਿਸਤਰੀ ਆ ਜਾ ਬਾਈ ਇੱਟ ਤੇ ਬਹਿ ਜਾ, ਕਾਲੂ ਬੈਠਾ ਇੱਟ ਤੇ, ਗੋਗੀ ਲੈ ਗਿਆ ਖਿੱਚ ਕੇ ਬੱਲੇ ਮੇਰੇ ਹਾਣੀਆਂ, ਇਕੱਲੇ ਨੇ ਮੌਜਾਂ ਮਾਰੀਆਂ, ਬੈਠੋ। ਥੋੜਾ ਜਿਹਾ ਜਾਗ ਜਾਂਦਾ ਇਹਦੇ ਅੰਦਰੋਂ ਅੰਦਰੀ ਨਾ, ਭਾਗਾ ਇੱਕ ਲੁਕਿਆ ਵਾ ਭਾਗਾ ਹੋਰ, ਹੈ ਬਈ ਗਾਇਕੀ ਚ ਜਿੱਦਣ ਆਪਣੇ ਚੈਨਲ ਤੇ 50,000 ਬੰਦਾ ਹੋ ਗਿਆ, ਤੇਰਾ ਗਾਣਾ ਕੱਢ ਦੇਣਾ ਆਪਾਂ ਨੇ, ਗਾਣਾ ਤਾਂ ਆਪਾਂ ਗਾਣਾ ਤਾਂ ਪਏ ਆਪਣੇ ਪਾ, ਗਾਣਾ ਤਾਂ ਕੱਢਦਾ, ਗਾਣੇ ਪਏ ਆ ਗਰਮੀ ਚ ਕਹਿੰਦੇ ਸਿਆਲ ਠੀਕ ਆ, ਸਿਆਲ ਯਾਰ ਇੱਕ ਹੋਰ ਆ, ਗਰਮੀ ਚ ਸਿਆਲ ਚਾਹੀਦਾ, ਸਿਆਲ ਚ ਗਰਮੀ ਚਾਹੀਦੀ ਆ, ਮੈਨੂੰ ਸਿਆਲ ਚੰਗਾ ਲੱਗਦਾ, ਰੱਖ ਲਾ ਅੰਦਰ ਬੰਦ ਕਰਕੇ, ਨਹੀਂ ਹੈ ਬਈ ਸਿਆਲ ਨੂੰ ਧੁੰਦ ਦੀ ਜਿਹੜੀ ਆਉਂਦੀ ਅੰਦਰ ਬੰਦ ਕਰਕੇ ਰੱਖ ਲਾ, ਯਾਰ ਪਤਾ ਕੀ ਇਹਦੇ ਨਹਾਉਣਾ ਨਹੀਂ ਪੈਂਦਾ, ਸਭ ਤੋਂ ਬੜੀ ਗੱਲ ਇਹ ਲਾ ਆ ਦੇਖਤਾ ਪਈਆਂ ਆ, ਬੈਠੋ ਜਨਵਾ ਉਹ ਬਸ ਕਿੱਦਾਂ ਚੱਲਦਾ ਕੰਮ ਕਰ, ਹੋਰ ਮਿਸਤਰੀ ਕਿੱਦਾਂ ਨਹੀਂ ਚੱਲਦਾ, ਪਹਿਲਾਂ ਹਾਂਜੀ 10 ਦਿਨ ਬਾਅਦ ਅੱਜ ਆਇਆ, ਕੰਮ ਦਵਾਈਏ ਫਿਰ ਕਿਤੇ ਹੋਰ ਅੱਗੇ ਹੈਗਾ ਕੰਮ, ਹੈਗਾ ਕੰਮ ਨਹੀਂ ਤਾਂ ਆਪਣੇ ਜਿਹੜੇ ਦੇਖ ਰਹੇ ਆ ਫੋਲੋਵਰ ਅਕਸਰ ਨੂੰ ਇੰਨਾ, ਜਿਹੜਾ ਆਪਾਂ ਬੁਲੰਦੀਆਂ ਤੱਕ ਗਏ ਆ, ਇੱਕ ਮਿਸਤਰੀ ਦਾ ਯੋਗਦਾਨ ਹੈ ਯਾਰ, ਕਹਿਣ ਨੂੰ ਹੈ 17 ਫੁੱਟ ਤੇ ਕੰਧ ਲਿਆਣੀ ਬਹੁਤ ਔਖੀ ਹੈ ਪੈਡ ਪਰ ਖੜ ਕੇ, ਆਮ ਆਪਾਂ ਕੀ ਕਰਦੇ ਹਾਂ ਆਪਾਂ 12-13 ਫੁੱਟ ਤੇ ਜਾ ਕੇ ਲੈਂਟਰ ਪਾ ਦਿੰਦੇ ਹਾਂ,
ਪਾ ਦਿੰਦੇ ਹਾਂ ਨਾ, ਉੱਥੇ ਉੱਪਰ ਫਿਰ ਕੰਧ 'ਤੇ ਇੱਟ ਵੀ ਪਚਾਉਣੀ ਵੀ ਆਪਾਂ ਨੂੰ ਪੈਂਦੀ ਹੈ ਨਾ, ਉਹਦੇ ਬਾਅਦ ਲੈਂਟਰ ਪਰ ਆਪਣੀ ਰੱਖ ਅੱਗੇ ਉੱਪਰ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ। ਇੱਥੇ ਤਾਂ ਹੁਣ ਤੈਨੂੰ ਪੈਡ ਪਰ ਵੀ ਖੜਕੇ ਕਿੱਥੇ ਤੱਕ ਜਾਣਾ ਪੈ ਰਿਹਾ? ਇੱਥੇ ਤੱਕ ਇੱਟ ਜਾਂਦੀ ਸੀ, ਹੁਣ ਜਦ ਡੰਡੇ ਜੇ ਉੱਪਰ ਰੱਖਿਆ ਹਵਾ ਕਹਿ ਚਾਲੀਆਂ ਉੱਪਰ ਰੱਖ ਹੋ ਜਾਣੀ ਆ, ਇੱਥੇ ਤੱਕ 2 ਫੁੱਟ ਐਡੀ ਉੱਚੇ 2 ਫੁੱਟ ਦਾ ਹੀ ਫਰਕ ਪੈ ਜਾਣਾ ਬਹੁਤ, ਸਮਝ ਰੱਖੇ ਤੱਕ 15 ਲੱਖ ਤਾਂ ਚਲੇ ਜਾਂਦੇ ਆ ਗਾਹਾਂ ਦੇ ਥੋੜ੍ਹਾ ਜਿਹਾ। ਪਰਸੋਂ ਨੂੰ ਅੱਜ ਕਿੱਥੇ ਕਿੰਨੇ ਖਾਨੇ ਲੱਗ ਜਾਣਗੇ? 1, 2, 3, 4 ਖਾਨੇ ਲਾਉਣੇ ਅੱਜ ਇਹ। ਉਹ ਰੇਤਾ ਕਿਵੇਂ ਠੀਕ ਹੈ? ਰੇਤਾ ਤੁਰਦਾ ਖਾਂਡੀ ਮੂਰੇ ਜੇ ਉਹ ਕਿਆ ਕਹਿੰਦੇ ਆਪਣਾ ਇਹਦੀ ਲੋੜ ਤਾਂ ਨਹੀਂ ਤੈਨੂੰ ਮਸਾਲਾ ਮਸੂਲਾ ਜੇ ਆਪਾਂ ਤੇਜ਼ ਪਰਾਉਣਾ ਇਹਦੇ ਵਿੱਚ ਵੀ? ਹਾਂ ਥੋੜੀ ਜਿਹੀ ਪਕੜ ਵਧੀਆ ਕਰੂਗਾ। ਨਾ ਨਾ ਤੇਲ ਤਾਂ ਠੀਕ ਆ। ਕਿੰਨੇ ਦਾ ਮਸਾਲਾ? ਕਿੰਨੇ ਇੱਕ ਪਾਇਆ? 6 ਇੱਕ ਦਾ। 6 ਇੱਕ ਦਾ ਪੂਰੀ ਹੋ ਗਈ 18 ਚ ਪੂਰੀ ਇਹਨੇ ਇਹਦੇ 20 ਚ ਪੂਰੀ ਪਾਈ ਆ। ਇਦਾਂ ਕਰ ਲੈ ਚੱਕ, ਅੱਜ ਚਾਹ ਚੱਕ ਯਾਰ, ਪਾਗੇ ਤਾਂ ਉਹੀ ਕੰਮ ਕਰਦਾ ਇੱਧਰ ਉਹਦੇ ਨੂੰ ਕਰ ਲਾ ਉਹਦੇ ਨੂੰ, ਕੀ ਫਾਇਦਾ ਯਾਰ ਇਹ ਜਿਹੇ ਕੰਮ ਦਾ 20 ਚ ਪੂਰੀ। ਹਾਂ ਨਾ ਇਹ ਕਹਿਤਾ ਇਹਨੇ ਮਿਸਤਰੀ ਨੇ ਹੁਣ, ਕੀ ਕਹਿੰਦਾ ਵੀ ਜੇ ਇਹਦੇ ਵਿੱਚ ਵੱਧ ਵੀ ਚੱਲੂਗਾ ਰੇਤਾ 1-2 ਤਸਲਾ ਇਹਦੇ ਵਿੱਚ। ਸੋਨੀ ਕੀ ਕਹਿੰਦਾ? ਆਉਂਦਾ ਰਿਆ ਲੈਟ ਇੱਥੇ ਕਹਿੰਦਾ ਆ ਜਾਂਦਾ ਤੰਗ ਤਾਂ ਅੱਜ ਵੀ ਉਹ ਨਾ ਤਾਂ ਠੀਕ ਆ ਕੁਛ। ਹਾਂ ਲੁਕਿਆ ਬਈ ਰਹਿਣ ਲੱਗੇ ਉਹ ਵੀ ਅੱਜ ਕੱਲ ਅੰਦਰ ਨੂੰ, ਉਹ ਬਸ ਮਾੜੇ ਬੰਦੇ ਨੂੰ ਤਾਂ ਫਿਰ ਤੁਹਾਨੂੰ ਪਤਾ ਹੀ ਆ ਹਰੇਕ ਚੀਜ਼ ਮਾਰਦੀ ਹੈ ਫਿਰ ਆ ਲੈ ਇੱਧਰ ਸਟੀਲ ਹੈਂਡ ਗੱਡੀ ਕੁਛ ਨਹੀਂ ਛੱਡਦਾ, ਕੁਛ ਆ ਜਾਵੇ ਕੁਛ ਨਹੀਂ ਛੱਡ, ਲੰਘਣ ਨਹੀਂ ਦੇਣਾ ਬੰਦਾ ਕੋਈ। ਯਾਰ ਪਤਾ ਸਮਝੋ ਤੁਸੀਂ ਮੈਂ ਕਿਆ ਕਹਿਣਾ ਚਾਹੁੰਦਾ, ਗਜ਼ਰ ਫਿਲਮ ਦੇਖੀ ਨੀ ਕਿੰਨੀ ਚੜੀ ਆ ਗਜ਼ਰ ਫਿਲਮ ਚੱਲੀ ਨੀ। ਗੱਲ ਚਲੋ ਰੇਤਾ ਲੈਣ ਗਏ ਤੇ ਅਸੀਂ ਪਿੱਛੇ ਜੇ ਥੋੜੇ ਦਿਨ ਹੋ ਗਏ, ਉੱਥੇ ਨਾ ਬੰਦ ਜਾ ਹੋ ਗਿਆ ਰੇਤੇ ਦਾ ਕੰਮ, ਅਸੀਂ ਇੱਕ ਦਿਹਾੜੀ ਉੱਥੇ ਰਾਤ ਨੂੰ ਰਹੇ ਹਾਂ, ਚਿੰਤਾ ਸਾਨੂੰ ਕਾਸੇ ਚੀਜ਼ ਦੀ ਨਹੀਂ ਦਿਓ, ਚਿੰਤਾ ਸਾਨੂੰ ਇਹਦੀ ਪੈ ਗਈ ਸੀ ਵੀ ਇਹਦਾ ਮਾਲ ਮੁੱਕ ਜਾਣਾ ਅੱਜ ਰਾਤ ਨੂੰ ਵੀ ਕੱਲ ਨੂੰ ਕਿਵੇਂ ਕੱਟਦੀ ਹੈ ਜੇ ਆਪਣੀ ਚਿੰਤਾ ਜਿਆਦੀ ਸੀ। ਹਾਂ ਹਾਂ ਵੀ ਰੇਤਾ ਮਿਲ ਜੇ ਸਵੇਰੇ ਤਾਂ ਚਖਾਵ ਹੋ ਗਿਆ, ਸਾਨੂੰ ਗੱਲ ਵੀ ਨਾ ਸੁਣਾਵੇ, ਗੱਲ ਨਾ ਸੁਣਾਵੇ ਕੋਈ ਵੀ, ਚੁੱਪ ਕੇ ਭਾਗਿਆ ਚ ਬੋਲ ਚੁੱਪ। ਜਦ ਸੁਣਿਆ ਪਤਾ ਲੱਗਿਆ ਵੀ ਹਾਂ ਟਰੈਕਟਰ ਇੱਥੇ ਕਢਾ ਕੇ ਜਾਣੇ, ਗੱਡੀ ਲੈ ਕੇ ਜਾਣੀ ਮਾਮੇ ਵਾਲੀ ਆਪਾਂ ਘਰ ਨੂੰ, ਤੇਰਾ ਯਾਰ ਦੂਰਾ ਹੋ ਜਾਵੇ ਮੂਰੇ ਬੈਠ ਕੇ ਆਇਆ ਜਦੇ ਕਹਿੰਦਾ ਲਿਆਓ ਗਰਮ ਪਾਣੀ। ਹਾਂ ਜਦੇ ਗਰਮ ਪਾਣੀ ਇਹਦਾ ਬੰਦੇ ਦਾ ਆਪਣੇ ਸਾਰੇ ਮਾਰਦੇ ਆ ਬੰਦੇ ਘੈਂਟ ਤੇ, ਇਹ ਜੀ ਗੱਲ ਕਿਹੜੀ ਆ ਤੁਸੀਂ ਮਾੜੇ ਆਉਣਾ ਨਾ ਸਾਰੇ ਬੰਦੇ ਘੈਂਟ ਆ। ਠੀਕ ਹੈ ਮਾੜੇ ਬੰਦੇ, ਤੇਰਾ ਫੋਨ ਠੀਕ ਚੱਲਦਾ ਹੈ? ਫੋਨ ਤਾਂ ਮੈਂ ਬੰਦਿਆਂ ਨੂੰ ਦਿਖਾਤਾ, ਦੇਖਦਾ ਦੇਖਦਾ ਯਾਰ ਮੇਰੀ ਗੱਲ ਸੁਣ, ਹਾਂ ਦੇਖ ਬੰਦੇ ਨੇ ਫੋਨ ਲਿਆ ਕੇ ਦਿਆ ਜਦੇ, ਆਪਾਂ ਕਿਉਂ ਮਾੜਾ ਕਹਿ ਦਈਏ? ਦੇਖ ਤੁਸੀਂ ਅੱਜ ਹੁਣ ਕਿੱਦਣ ਜਾਣਾ? ਦੇਖ ਤੁਸੀਂ ਉਧਰ ਨੂੰ ਮਾਲਾ ਨੂੰ ਅਸੀਂ ਜਾਣਾ ਐਤਵਾਰ ਨੂੰ, ਦਿਲਪ੍ਰੀਤ ਨੇ ਲਿਆ ਕੇ ਦਿਆ ਬਾਈ ਲਾਲੀ ਨੂੰ, ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਕਾਲਾ ਮਹਿਲ ਬਲੌਗ ਦੀ, ਕਾਲਾ ਮਹਿਲ ਮਾਮਾ ਜੀ ਵਾਲੇ ਚੈਨਲ ਦੇ ਵਿੱਚ ਲਾਲੀ ਦੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ। ਚਾਚੀ ਵੈਸੇ ਪ੍ਰੋਬਲਮ ਹੈ ਕਾਹਦੀ ਤੀ? ਗੋਗੀ ਦਾ ਖੁਸ਼ਪ੍ਰੀਤ ਦਾ ਮੈਂ ਦੱਸ ਵੀ ਦਿੰਦਾ, ਖੁਸ਼ਪ੍ਰੀਤ ਦਾ ਮਾਸੜ ਜੀ ਦੇ ਸਭ ਤੋਂ ਵੱਡੇ, ਉਹ ਕੈਂਸਰ ਕਰਕੇ ਕਾਫੀ ਜਣੀ ਤੰਗ ਜੀ ਤੇ ਹੁਣ ਤਾਂ ਬਹੁਤ ਦਿਨਾਂ ਤੋਂ ਤੰਗ ਤੇ ਜਿਹੜਾ ਸਿਰ 'ਚ ਪ੍ਰੋਬਲਮ ਜ਼ਿਆਦਾ ਉਹ ਖਰਾਬ ਕਰਦੀ ਆ, ਥੋੜ੍ਹੀ ਸਿਰ 'ਚ ਪ੍ਰੋਬਲਮ ਹੁੰਦੀ ਹੈ ਨਾ ਜਿਹੜੀ, ਇੱਕਦਮ ਚਾਚਾ ਲੈ ਗਿਆ ਬੰਦੇ ਨੂੰ, ਤੂੰ ਐਂ ਦੇਖ ਲਾ ਵੀ ਐਡਾ ਸਰੀਰ ਤਕੜਾ ਤਾਂ ਨਾ ਦਿਨੋ ਦਿਨ ਹੀ ਫਰਕ ਪਾਤਾ ਯਾਰ, ਬਿਮਾਰੀ ਕਾਹਨੂੰ ਛੱਡਦੀ ਆ ਕੋਈ ਵੀ ਆ, ਕੋਈ ਬਿਮਾਰੀ ਛੱਡਦੇ ਨਹੀਂ। ਉਹ ਹੁਣ ਤੁਸੀਂ ਮਾਲਾ ਉਦੋਂ 20 ਤਰੀਕ ਦਾ ਆਪਰੇਸ਼ਨ ਤਾਂ ਕਰਨਾ ਹੁਣ, ਕੋਈ ਵੀ ਮਰੀਜ਼ ਹੋਵੇ ਅਗਰ ਘਰ ਦੇ ਤਾਂ ਬਾਹਰ ਲਾਉਂਦੇ ਆ ਪੂਰੀ ਜਿੱਥੇ ਤੱਕ ਲੱਗਦੀ ਆ, ਸ਼ੁੱਕਰ ਸ਼ਨੀਵਾਰ ਆ ਉਦਣ ਦਾ। ਹਾਂ ਤੇ ਬਾਕੀ ਹੁਣ ਕੰਮ ਕਰਦੇ ਦਿਖਾਉਂਦੇ ਜੀ ਤੁਹਾਨੂੰ, ਤੇ ਜੁੜੇ ਰਹੋ ਵਲੌਗ ਦੇ ਨਾਲ, ਸ਼ਾਮ ਨੂੰ ਅਸੀਂ ਸਪਰੇਅ ਕਰਨ ਜਾਣਾ, ਪਾਈ ਪਈ ਆ ਜਾਓ ਲਫੜਾ ਚ ਉਧਰ। ਚਲੋ ਠੀਕ ਹੈ ਬਾਕੀ ਹੁਣ, ਹਾਂ ਪੀਓ ਚਾਹ ਲੱਗੋ ਕੰਮ ਕਰ।
ਗਰਮੀ ਗੁਰਮੀ ਦਾ ਨਾ ਸਿਆਲ ਤਾਂ ਉਹੀ ਨੀ ਲੱਗਦਾ ਹੁੰਦਾ ਬੰਦੇ ਗਰਮੀ ਗੁਰਮੀ ਤਾਂ ਸਰੀਰ ਚ ਜਾਣ ਚਾਹੀਦੀ ਹੈ। ਹਾਂ ਸਿਆਲ ਚ ਗਰਮੀ ਗੁਰਮੀ ਤਾਂ ਉਹ ਨੀ ਲੱਗਦੀ, ਸਿਆਲ ਚ ਗਰਮੀ ਕਿੱਥੇ ਲੱਗੂਗੀ ਜਿਹੜੇ ਫੜਾਉਣੇ ਇੱਟਾਂ ਦਾ। ਇੱਕ ਮੈਨੂੰ ਹੋਰ ਦੱਸ, ਉਹ ਇੱਕ ਨਜ਼ਾਰਾ ਹੈ ਨਾ ਅਲੀ, ਸਿਆਲ ਚ ਗਰਮੀ ਤਾਂ ਨਹੀਂ ਆਉਂਦੀ ਭਾਬੀ। ਉਧਰ ਮੈਂ ਤੇ ਭਾਪੀ ਦਰਿਆ ਦੇ ਕੱਢੇ ਖੜੇ, ਭਾਪੀ ਕਹਿੰਦਾ ਮੈਂ ਕਿਹਾ ਜੇ ਹੁਣ ਉਰੇ ਗਰਮੀ ਚ ਆਏ ਵੀ ਹੁੰਦੇ ਸਾਲਾ ਬੁਰਾ ਹਾਲ ਹੋ ਜਾਂਦਾ। ਤਾਂ ਮੈਂ ਕਿਹਾ ਇੰਨਾ ਸ਼ੁਕਰ ਗਰਮੀ ਤਾਂ ਨਹੀਂ ਆਉਂਦੀ, ਕਹਿੰਦਾ ਗੱਲ ਤੇਰੀ ਸਹੀ ਆ। ਕਹਿੰਦਾ ਗਰਮੀ ਠੰਡ ਚ ਤਾਂ ਬੰਦਾ ਕੋਟ ਕੋਟ ਪਾ ਕੇ ਬੈਠਾ ਵੀ ਰਹਿੰਦਾ ਹੈ। ਚੱਲ ਵੀ ਚੱਲ ਪਹੁੰਚਾ ਚੀ ਆਪਣੀ ਜਗ੍ਹਾ ਤੇ, ਪਰ ਪਰ ਲੇਬਰ ਨਾਲ ਕਿਉਂਕਿ ਹਵਾ ਨਹੀਂ ਖੜੀ। ਉਹਨੂੰ ਕਿਸੇ ਭਾਂਡੇ ਚ ਪਾ ਲੈਂਦਾ ਪਾਣੀ, ਕਾਹਨੂੰ ਵੇਸਟ ਕਰਦਾ ਇਹ। ਉਹ ਡੱਬਾ ਲੈ ਲਾ, ਵਿੱਚੋਂ ਡੱਬਾ ਲੈ ਲਾ, ਉਹ ਰੁਕ ਜਾਣਾ ਪਾਣੀ। ਬਸ ਗੋਗੀ ਹੋ ਗਈ ਸਾਫ਼। ਸੋਨੀ ਬਾਈ ਲਓ ਜੀ, ਸੋਨੀ ਵੀ ਪਹੁੰਚ ਗਿਆ। ਦੇਖੋ ਉਚਾਈਆਂ ਕਿੰਨੀਆਂ ਤੇ ਖੜਾ ਹੁਣ ਮੈਂ। ਗੇਟ ਬਣਾ ਰਿਹਾ ਛੋਟਾ ਕਰਿਆ ਗੇਟ, ਸਵੇਰ ਡਾਊਨ ਹੈ, ਬਸ ਇੱਕ ਦਰਵਾਜ਼ਾ ਦਰਵਾਜ਼ਾ ਬਣਾ ਕੇ ਜਾਊਗਾ। ਅੱਜ ਕੋਟ ਨਾ ਖਰਾਬ ਕਰ ਲਈ, ਦੇਖੋ ਇੱਧਰੋਂ ਉਚਾਈ। ਹੁਣ ਅਸੀਂ ਖੜੇ ਹਾਂ 17 ਤੋਂ 18 ਫੁੱਟ ਦੀ ਉਚਾਈ ਤੇ। ਸੋਨੀ ਕਿੰਨੀਆਂ ਕੁ ਲੱਗ ਗਈਆਂ ਕੈਂਚੀਆਂ ਔਰ ਤੇ ਲਿਆ ਹਾਂ ਹਲੇ ਕੈਂਚੀਆਂ ਦੇ ਕੰਮ। ਤੁਹਾਨੂੰ ਮੈਂ ਸਹੀ ਸਲਾਹ ਦਿੰਦਾ ਬਿਲਕੁਲ। ਦੇਖ ਇਹ ਆਪਣੇ ਕਿੰਨਾ ਕਿੰਨਾ ਫੁੱਟ ਹੈ? 18 ਫੁੱਟ ਇਹਦੇ ਵਿੱਚੋਂ ਆਪਾਂ ਜੀ 15-18 ਦਾ ਬਣਾ ਦਈਏ। ਇੱਧਰਲੀ ਸਾਈਡ ਪੇਂਟ ਨਹੀਂ ਵਧੀਆ ਹੋਇਆ ਵਾ ਲੱਗਦਾ ਮੈਨੂੰ, ਲੱਗਦਾ ਰਹਿ ਗਈ ਇੱਧਰਲੀ ਲੈ ਕੇ। ਤੇਰਾ ਦੇਸੀ ਹੈ ਸਾਰਾ ਜੀ। ਨਹੀਂ ਅੱਜ ਤਾਂ ਠੀਕ ਹੈ ਪੇਂਟ, ਭੱਜ ਭੱਜ ਕੇ ਪੇਂਟ ਕਰਿਆ। ਕਿੱਦਣ ਤੂੰ ਮੈਨੂੰ ਐਸੋ ਪਹਿਲਾਂ ਤੁਸੀਂ ਐਂ ਤਾਂ ਹੁਣ ਤਾਂ ਤੁਸੀਂ ਮੇਰੇ ਆਲੇ ਦੁਆਲੇ ਹੋ ਗਏ। ਉਦਣ ਦੇ ਨਾਲ ਮੈਨੂੰ ਪੁੱਛਿਆ ਹਾਲ ਚਾਲ ਕਿਤੇ ਨਹੀਂ ਮਰਨ ਲੱਗਿਆ ਸੀ। ਉਹਨੇ ਤਾਂ ਨਹੀਂ ਪੁੱਛਿਆ ਹੈਗਾ, ਮੈਂ ਰੱਬ ਦੇ ਘਰ ਤੇ ਮੁੜ ਕੇ ਆਇਆ ਬੁਖਾਰ ਪਤਾ 4 ਦਿਨ ਮੈਨੂੰ ਕਿੰਨਾ ਚੜਦਾ ਰਿਹਾ। ਸ਼ੁਕਰ ਕਰ ਤੂੰ ਮੁੜ ਆਇਆ ਫਿਰ ਮਤਲਬ ਗਾਣਾ ਲੰਘ ਗਿਆ। ਉਹਦਾ ਗੱਲ ਆ ਹੈ ਹਾਲ ਚਾਲ ਬੰਦਾ ਪੁੱਛਣਾ ਮੈਨੂੰ ਬੜਾ ਮਾਸਤਾ ਹੋਇਆ ਅੱਧੀ ਜਾਣ ਤਾਂ ਮੇਰੀ ਹੈ ਤੁਹਾਡੇ ਚ ਹਾਲ ਨਹੀਂ ਪੁੱਛਣ ਦੋ ਦੇਖ ਕੇ ਜਾਏਂਗੇ ਨਹੀਂ ਹਾਲ ਵੀ ਨਹੀਂ ਪੁੱਛਣਾ। ਹਾਂ ਬੋਲ ਕਿੰਨਾ 15-18 ਲਾ ਇਹ ਤੇ ਲਓ ਜੀ ਵੀਰ ਉਹਨੀ ਆਏ ਆ। ਕਿਹੜਾ ਪਿੰਡ ਆਪਣਾ? ਚੋਲਾ ਸੰਭਾਲ ਚ ਰੱਖਿਆ ਵਾ, ਕਹਿੰਦੇ ਵੀ ਰੀਜਨਲ ਆ ਟਰੈਕਟਰ ਸਾਰਾ ਜਿੰਨਾ ਵੀ ਆ। ਤੇ ਕਿੰਨਾ 9 ਆ 10 ਮਾਡਲ ਇਹ? 9 ਮਾਡਲ ਠੀਕ ਹੈ ਠੀਕ ਹੈ। ਜਣੀਊ ਮਤਲਬ ਬਾਹਰ ਬੂਰ ਤਾਂ ਨਹੀਂ ਲਿਖ ਗਏ ਵੀ ਜੁਣੀ ਤੂੜੀ ਤਾੜੀ ਵਾਲੀ ਤੇ ਵੀ? ਹਾਂ ਬਾਹਰ ਵੀ ਸੋਹਣਾ ਕੁੱਟਿਆ ਵਾ ਟਰੈਕਟਰ ਕਰਾਇਆ। ਜਮਾਂ ਨਵਾਂ ਤੁਸੀਂ ਕਢਾਇਆ ਵਾ? ਅੱਛਾ ਊਂ ਬਾਹਰ ਬੂਰ ਯੂਪੀ ਚਾਪੀ ਚੱਲਦੇ ਰਹੇ ਚਲਾ ਕੇ ਆਇਆ ਤੂੜੀ ਵਾਲੀ ਮਸ਼ੀਨ। ਅੱਛਾ ਠੀਕ ਹੈ ਠੀਕ ਹੈ। ਅਸੀਂ 60 ਜਦ ਵੇਚਿਆ ਇਹਦੇ ਨਾਲ ਦਾ, ਅਸੀਂ ਵੀ 60 ਰੱਖਿਆ, ਮਿੰਨੀ 60 ਹੁੰਦਾ ਤਾ। ਬੜੇ ਕੰਮ ਦੇ ਟਰੈਕਟਰ ਨੇ ਇਹ ਤਾਂ ਜਿਹਨਾਂ ਕੋਲ ਹੈਗੇ ਜਣੀ ਅਗਲਾ ਐਂ ਕਹਿ ਦਿੰਦਾ ਵੀ ਹੁਣ ਇਹ ਵੇਚਣ ਵਾਲੀ ਚੀਜ਼ ਹੈ ਨਹੀਂ,
ਰੱਖੋ ਇਹਦਾ ਵੇਚ ਕੇ ਵੀ ਆਪਾਂ ਨੂੰ ਕੁਛ ਨਹੀਂ ਮਿਲਣਾ, ਕੰਮ ਵੀ ਬੜੇ ਟਰੈਕਟਰ ਜਿੰਨਾ ਦੇਣਾ ਇਹਨੇ ਕਿ ਨਹੀਂ, ਕਿਸੇ ਪਾਸੇ ਨੂੰ ਦਬਦਾ ਹੀ ਨਹੀਂ ਹੈਗਾ ਜੀ। ਹਾਂ ਕਿਸੇ ਜੋ ਮਰਜ਼ੀ ਪਾ ਦਿਓ, ਤਕੜੇ ਟਰੈਕਟਰ ਇਹ। ਆ ਹਲੇ ਵੀ ਅਰਜਣਾ ਨੂੰ ਦੱਬ ਦਿੰਦੇ ਸਾਡੇ ਜਿਹੜਾ ਹੈਗਾ ਆਪਣੇ ਕੋਲ ਵੀ ਇੱਕ, ਉਹਦਾ ਅਸੀਂ ਸਸਪੈਂਸ ਜਿਹਾ ਬਣਾ ਕੇ ਰੱਖਦੇ ਹਾਂ ਹਲੇ ਇੱਕ ਵਾਲੇ, ਜਾਂ ਤਵੀਆਂ 'ਤੇ ਕੋਈ ਲਿਆ ਕੇ ਨਵਾਂ ਟਰੈਕਟਰ ਪਾਉਣਾ ਨਾ ਅਸੀਂ ਇੱਕ ਗੇੜਾ, ਤਾਂ ਉਹਦਾ ਲਵਾਉਂਦੇ ਹੀ ਲਵਾਉਂਦੇ ਵੀ ਹਾਂ ਪਤਾ ਲੱਗ ਜਾਂਦਾ ਵੀ ਇਹਦੇ ਮੁਕਾਬਲੇ 'ਚ ਹੈਗਾ ਵੀ ਆ ਹਲੇ ਕਿ ਨਹੀਂ ਹੈਗਾ। ਅਰਜਣ ਅਸੀਂ ਨਵਾਂ ਲਿਆਂਦਾ ਤਾਂ ਉਹ ਏਜੰਸੀ ਵਾਲਿਆਂ ਨੇ ਸਾਨੂੰ ਮਨਾ ਕਰਤਾ, ਤਾਂ ਕਹਿੰਦੇ ਵੀ ਨਵਾਂ ਅਰਜਣ 50 ਪਾਵਰ ਵਾਲੇ ਨਾਲ ਤਾਂ ਜਮਾਂ ਹੀ ਨਾ ਚਲਾਇਓ ਕਿਉਂਕਿ ਇਹ ਸਟੈਂਡਰਡ ਦੀ ਕਹਿੰਦੇ ਪਾਵਰਾਂ ਪੂਵਰਾਂ ਵਾਲਾ ਕੋਈ ਸਿਸਟਮ ਨਹੀਂ ਇਹਦੇ 'ਚ ਹੈਗਾ। ਹੁਣ ਆਪਾਂ ਨੂੰ ਕਹਿਣ ਨੂੰ 60 ਪਾਵਰ ਦਿੰਦੇ ਆ, ਉਹ ਪਤਾ ਨਹੀਂ ਕਿੰਨੀਆਂ ਕੁ ਪਾਵਰਾਂ ਹੈ, ਪਾਵਰਾਂ ਦਾ ਤਾਂ ਬਾਹਰ ਆਏ ਪਾਰ ਆ 60 ਤੇ। ਹੁਣ ਉਹ ਹੈ ਚੱਲ ਕੰਪਨੀ ਹੈ 50 ਪਾਵਰ ਵਾਲਾ, ਜਿੰਨੀ ਕੁ ਹੈ ਉਹ 19 ਕੁ ਜ਼ੋਰ ਮਾਰ ਕੇ ਉਹਨੇ ਖੜ ਜਾਣਾ ਹੈ। ਹੁਣ ਇਹਦੀ ਜਿਹੜੀ ਇਹ ਨੰਬਰ ਪਲੇਟ ਹੈ ਹਾਂ, ਇਹਦੇ ਪਰ ਪਾਵਰ ਲਿਖੀ ਵੀ ਆਉਂਦੀ ਸਾਰੇ ਟਰੈਕਟਰ ਦੀ ਲਿਖੀ ਵੀ ਹੋਣੀ ਹੈ, ਇਹਨਾਂ ਦੇ ਲਿਖੀ ਲੁਖੀ ਵੀ ਹੋਣੀ ਹੈ। ਤਾਂ ਹੀ ਹੁਣ 50 ਦਾ ਜਿਹੜਾ 450 ਦੇ ਉਹ ਤਾਂ ਹਲੇ ਹੁਣ ਸਿਰਫ 60 ਆ ਰਿਹਾ ਮਿੰਨੀ, ਇਹਨਾਂ ਦਾ 460 ਆ ਰਿਹਾ, 50 ਦਾ ਤਾਂ ਪਾਸ ਨਹੀਂ ਹੋਇਆ ਇਹਨਾਂ ਦਾ ਜੀ। ਹੋਰ ਸੇਵਾ ਪਾਣੀ ਕੋਈ ਪਾਈ ਆਏ ਸੀ ਮਿਲਣ ਤੇ ਬਹੁਤ ਵਧੀਆ ਲੱਗਿਆ ਜੀ। ਸੋਨੀ ਇੱਟਾਂ ਨਾ ਪੱਟੀ ਚੱਲ ਹੁਣ, ਅੱਜ ਫਾਈਨਲ ਚੱਲ ਰਿਹਾ ਬਾਈ ਦੇਖਦੇ ਯਾਰ, ਇੱਕ ਤਾਂ ਸਿਆਪਾ ਕਰਨ ਦੇਖੀ ਮੈਨੂੰ ਕਿੱਥੇ ਟੰਗਿਆ ਰੱਸਾ, ਕਹਿ ਸਕਰਨ ਨੂੰ ਪਾਇਆ ਅਖੀਰਲਾ ਪੈਪ ਖਿੱਚਣ ਨੂੰ ਕੰਮ ਆਊਗੀ ਤੁਹਾਡੀ ਤੇ। ਹਾਂਜੀ ਕਾਲੂ ਬਾਈ ਆ ਗਿਆ ਅਗਲੇ ਗੇਟ ਤੇ, ਪਤਾ ਇੱਟਾਂ ਪੂਰੀਆਂ ਕਰਤੀਆਂ ਮਸਾਲੇ ਤੇ ਤੈਨੂੰ ਤਾਂ ਥੱਲੇ ਭਰ ਤੇ ਲਾਈ ਜਾਊਗਾ ਵੀ ਆਪਣਾ ਤਾਂ ਕੰਮ ਇੰਨਾ ਕੀ ਹੁੰਦਾ। ਆ ਜਾ ਆ ਜਾ ਆ ਜਾ ਆ ਜਾ, ਸੋਨੀ ਨੇ ਬੰਦੇ ਦੀ ਜਾਨ ਬਚਾਈ ਆ ਬਾਈ, ਬੰਦੇ ਦਾ ਹਿਸਾਬ ਕਿਤਾਬ ਸੋਨੀ ਤੈਨੂੰ ਦੇਣਾ ਪੈਣਾ ਤਾਂ ਅਦੇ ਫਸ ਗਿਆ, ਪਹਿਲੇ ਫਸ ਗਿਆ ਤਾਂ ਦੇਖ ਲਿਆ ਹੁਣ, ਜੇ ਕਿਤੇ ਹੁਣ ਪੌੜੀ ਚੱਕ ਦਿੰਦੇ ਨਾ ਲਮਕਦੇ ਨਹੀਂ ਰਹਿ ਜਾਣਾ ਦਾਦਾ ਦੀ ਰਾਤ। ਲਓ ਜੀ ਸਾਰਾ ਐਨ ਸ਼ੈੱਡ ਭਰਮਾ ਜਾਊਗਾ, ਸਰੀਆਂ ਦੇ ਨਾਲ ਸਰੀਆਂ ਮੁੜ ਜਾਣਗੇ ਨਾ ਫਿਰ, ਉਹਦੇ ਥੱਲੜਲੇ ਪਾਸੇ ਵੀ ਇੱਟਾਂ ਲੱਗਣਗੀਆਂ ਮੈਨੂੰ ਤਾਂ ਦੋ ਉਹ ਪੈਪ ਦੇ। ਚਲੋ ਠੀਕ ਹੈ ਜੀ, ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਸਾਡੀ ਵੀਡੀਓ ਦੇਖਣ ਵਾਸਤੇ। ਸੋ ਹੁਣ ਮੇਲੇ ਦੇ ਬਲੌਗ ਪਾਵਾਂਗੇ 2-3 ਦਿਨ ਦੇ, ਜਿਹੜਾ ਸਾਹਨੇ ਆ ਲੱਗਣਾ, ਸੋ ਬਲੌਗ ਨਾਲ ਜ਼ਰੂਰ ਜੁੜੇ ਰਹੋ ਜੀ, ਅਤੇ ਠੀਕ ਹੈ ਜੀ ਨਵੀਂ ਨਵੀਂ ਵੀਡੀਓ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਓਕੇ ਜੀ, ਸਤਿ ਸ਼੍ਰੀ ਅਕਾਲ। ਦੇਖੋ ਲਈ ਸਾਰਾ ਸਮਾਨ ਇਕੱਠਾ ਕਰਨਾ, ਧੋ ਕੇ ਤਸਲੇ ਕਹੀਆਂ, ਫਿਰ ਡਿਊਟੀ ਖਤਮ ਹੁੰਦੀ ਹੈ। ਜੇ ਕਹੀਏ ਵੀ ਹਾਂ ਸਮਾਨ ਭਗਾ ਭਗਾ ਮਾਰਨਾ ਨਾ, ਸਵੇਰ ਜੋਗਾ ਦਿੱਤਾ ਗੇਰਤਾ, ਮਿਸਤਰੀ ਤਾਂ ਉਹਨਾਂ ਨੂੰ ਮਸਾਲਾ ਬਣਾ ਕੇ ਰੱਖਣਾ। ਚਾਰ ਖਾਨੇ ਦਾ ਅੱਜ ਪ੍ਰੋਜੈਕਟ ਜਿਹੜੀ ਸਾਡਾ ਫਾਈਨਲ ਹੋ ਗਿਆ, ਖਾਸੀ ਇੱਟ ਲੱਗ ਗਈ ਇਹਦੇ 'ਚ, 10-10, 12-11 ਗੇਟ 'ਤੇ ਆ ਦੇ ਵਿੱਚ ਉਹ ਮੋਰੀਆਂ ਵੀ, ਉਹ ਵੀ ਟਾਕੀਆਂ ਵੀ ਰੱਖੀਆਂ ਆਪਾਂ ਨੇ।